ਗੰਨਾ ਕਿਸਾਨਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਜਾਰੀ ਹੈ ਮੁੱਖ ਮੰਤਰੀ ਵੀ ਸਰਕਾਰੀ ਰਿਹਾਈਸ਼ ਤੇ ਗੱਲਬਾਤ ਹੋ ਰਹੀ ਹੈ ਫਸਲ ਦੇ ਲਾਗਤ ਮੁੱਲ ਨੂੰ ਲੈ ਕੇ ਸਹਿਮਤੀ ਬਣਾਉਣ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿਸਾਨਾਂ ਦੀ ਮੰਗ ਹੈ ਕਿ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ ਕੈਪਟਨ ਸਰਕਾਰ ਨੇ ਪਿਛਲੇ ਹਫਤੇ ਗੰਨੇ ਦੇ ਭਾਅ ਵਿੱਚ 15 ਰੁਪਏ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਗੰਨੇ ਦਾ ਭਾਅ 310 ਤੋਂ ਵਧਾ ਕੇ 325 ਰੁਪਏ ਕੀਤਾ ਕਿਸਾਨਾਂ ਨੇ ਇਸ ਨੂੰ ਨਕਾਰ ਦਿੱਤਾ ਹੈ ਹਾਲਾਂਕਿ ਜਲੰਧਰ ਵਿੱਚ ਪਿਛਲੇ 5 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਵੀ جاری ਹੈ ਜੋ ਲਗਾਤਾਰ ਨੈਸ਼ਨਲ ਹਾਈਵੇ ਤੇ ਡਟੇ ਹੋਏ ਨੇ ਰੇਲਵੇ ਟ੍ਰੈਕ ਜਾਮ ਕੀਤਾ ਹੋਇਆ ਹੈ ਇਹ ਤਸਵੀਰ ਥੋੜੀ ਦੇਰ ਪਹਿਲਾਂ ਦੀ ਤਸਵੀਰ ਹੈ ਜੋ ਕਿ ਅੰਦਰ ਤੋਂ ਆਈ ਹੈ ਸਰਕਾਰੀ ਰਿਹਾਈਸ਼ ਤੇ ਮੁੱਖ ਮੰਤਰੀ ਦੀ ਗੰਨਾ ਕਿਸਾਨਾਂ ਨਾਲ ਮੀਟਿੰਗ ਜਾਰੀ ਹੈ ਮੁੱਖ ਮੰਤਰੀ ਦੀ ਸਰਕਾਰੀ ਰਿਹਾਈਸ਼ ਤੇ ਗੱਲਬਾਤ ਕੀਤੀ ਜਾ ਰਹੀ ਹੈ ਬਲਬੀਰ ਰਾਜੇਵਾਲ ਦਾਦੇ ਤੁਹਾਨੂੰ ਕੀ ਅਗਵਾਈ ਕਰ ਰਹੇ ਨੇ ਇਸ ਵਫਦ ਦੀ ਦਾ ਬਲਬੀਰ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਜੋ ਵਫਦ ਹੈ ਉਹ ਸਰਕਾਰ ਦੇ ਨਾਲ ਗੱਲਬਾਤ ਕਰ ਰਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਜਾਰੀ ਹੈ ਮੁੱਖ ਮੰਤਰੀ ਦੀ ਸਰਕਾਰੀ ਰਿਹਾਈਸ਼ ਤੇ ਗੱਲਬਾਤ ਕੀਤੀ ਜਾ ਰਹੀ ਹੈ ਰਮਨ ਸਾਡੇ ਸਹਿਯੋਗੀ ਹੋ ਜਾਣਕਾਰੀ ਦੇ ਨਾਲ ਜੁੜ ਕੇ ਨੇਤਾ ਰਮਨ ਜਸਰਾ ਦੇ ਨਾਲ ਹੁਣ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਜਾਰੀ ਹੈ ਤਾਂ ਅੱਜ ਦੀ ਮੀਟਿੰਗ ਕਾਫੀ ਅਹਿਮ ਹੈ ਕਿ ਕੋਈ ਸਿੱਟਾ ਨਿਕਲਦਾ ਹੈ ਕਿ ਸੰਤੁਸ਼ਟ ਮੁੱਖ ਮੰਤਰੀ ਕਿਸਾਨਾਂ ਨੂੰ ਕਰ ਪਾਉਂਦੇ ਨੇ ਜਾਂ ਨਹੀਂ ਫਿਲਹਾਲ ਕੀ ਕੁਝ ਅਪਡੇਟ ਹੁੰਣ ਤੱਕ ਤਾਂ ਮੀਟਿੰਗ ਨੂੰ ਲੈ ਕੇ ਜਿਸ ਵatti ਮੀਟਿੰਗ ਕੋ ਜ ਸਮਾਂ ਪਹਿਲਾਂ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਜਿਹੜੇ ਅਗਵਾਈ ਕਰ ਰਹੇ ਨੇ ਹਰਮੀਤ ਕਾਦੀਆਂ ਮਨਜੀਤ ਰਾਏ ਔਰ ਜਿਹੜੇ ਹੈਗਨ ਜੰਗਵੀਰ ਚੋਹਾਨ ਉਹ ਕਿਸਾਨਾਂ ਦਾ ਪੱਖ ਰੱਖਣਗੇ ਜੋ ਖਰਚੇ ਨੇ ਜੋ ਕੱਲ ਕੋਸਟ ਆਫ ਪ੍ਰੋਡਕਸ਼ਨ ਤੇ ਗੱਲ ਹੋਈ ਸੀ ਉਸਦੇ ਮੁਤਲਕ ਗੱਲਬਾਤ ਰੱਖਣਗੇ ਅੱਜ ਦੀ ਮੀਟਿੰਗ ਨੂੰ ਫੈਸਲਾ ਕਉਣ ਮੀਟਿੰਗ ਕਹਿ ਸਕਦੇ ਆ ਕਿਉਂਕਿ ਜੇਕਰ ਅੱਜ ਮੁੱਖ ਮੰਤਰੀ ਕਿਸਾਨਾਂ ਦਾ ਭਰੋਸਾ ਨਾ ਜਿੱਤ ਸਕੇ ਤਾਂ ਹੋ ਸਕਦਾ ਜਿਹੜਾ ਜਲੰਧਰ ਦੀਆਂ ਸੜਕਾਂ ਤੇ ਬਰੂਹਾਂ ਤੇ ਕਿਸਾਨ ਬੈਠੇ ਹੋਏ ਨੇ ਅੰਦੋਲਨ ਪੂਰੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੇ ਇੱਕ ਜੋ ਖਰੜਾ ਜਿਹੜਾ ਹੈਗਾ ਕਿਸਾਨ ਲੈ ਕੇ ਗਏ ਨੇ ਉਹਦੀ ਕਾਪੀ ਅਸੀਂ ਜ਼ਰੂਰ ਦਰਸ਼ਕਾਂ ਨੂੰ ਦਿਖਾਉਣੀ ਚਾਹੁੰਦੇ ਆ ਇਹ ਔਸਤਨ ਖਰਚੇ ਦੀ ਕਾਪੀ ਜਿਹੜੀ ਅਸੀਂ ਦਿ ਜਿਹੜਾ ਖਰਚਾ ਪੈਂਦਾ ਇਹਦੇ ਹਿਸਾਬ ਦੀ ਗੱਲ ਕਰਗੇ ਤਾਂ ਇਹ ਇਹ ਕਾਪੀ ਦੇ ਅਸੀਂ ਜੋ ਅੱਜ ਇੱਕ ਮੁੱਖ ਮੰਤਰੀ ਸਾਹਮਣੇ ਖਰਚੇ ਰੱਖੇ ਜਾਣੇ ਆ ਤੇ ਇਸ ਖਰਚੇ ਨੂੰ ਅਸੀਂ ਜੇ ਸ਼ੋਰਟ ਦੇ ਵਿੱਚ ਦੱਸਣਾ ਹੋਵੇ ਤਾਂ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਕੁੱਲ ਖਰਚਾ ਜਿਹੜਾ ਹੈਗਾ 1,28,090 ਰੁਪਏ ਨੇ ਜਿਨ੍ਹਾਂ ਦੇ ਵਿੱਚ 310 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਗੱਲ ਕਰਕੇ ਤਾਂ 1,08,500 ਰੁਪਏ ਜਿਹੜੀ ਹੈਗੀ ਆ ਆਮਦਨੀ ਹੁੰਦੀ ਆ ਮੋٹے ਤੌਰ ਤੇ 20000 ਰੁਪਿਆ ਅ 1 ਏਕੜ ਮਗਰ ਕਟਾ ਸਹਿਣਾ ਪੈਂਦਾ ਜੇਕਰ 310 ਰੁਪਏ ਦੇ ਰੇਟ ਦੇ ਮਤਲਬ ਗੱਲ ਕੀਤੀ ਜਾਵੇ ਜੇਕਰ ਸਰਕਾਰ 325 ਰੁਪਏ ਦੀ ਗੱਲ ਕਰਦੀ ਤਾਂ ਉਸ ਹਿਸਾਬ ਨਾਲ 7000 ਰੁਪਏ ਘਟਾ ਇੱਕ ਕਿਸਾਨ ਨੂੰ ਚੱਲਣਾ ਪਵੇਗਾ ਹੁਣ ਕਿਸਾਨ ਜਿਹੜੇ ਪਿਛਲੇ ਪਿਛਲੇ ਹਫ਼ਤੇ ਜਿਹੜਾ ਹੈਗਾ ਜਿਹੜੇ ਸਰਕਾਰ ਵੱਲੋਂ 15 ਰੁਪਏ ਰੇਟ ਵਿੱਚ ਇਜਾਫਾ ਜਰੂਰ ਕੀਤਾ ਗਿਆ ਸੀ ਪਰ ਕਿਸਾਨਾਂ ਵੱਲੋਂ ਉਹ ਇਨਕਾਰ ਦਿੱਤਾ ਗਿਆ ਕਿਸਾਨ ਮੰਗਦੇ ਨੇ ਕਿ ਸਾਨੂੰ ਘੱਟੋ-ਘੱਟ ਜਿਹੜੇਗਾ ਕੋਸਟ ਆਫ ਪ੍ਰੋਡਕਸ਼ਨ ਦੇ ਹਿਸਾਬ ਨਾਲ ਜੋ ਅਸੀਂ ਪਹਿਲੀ ਮੀਟਿੰਗ ਦੇ ਵਿੱਚ 388 ਰੁਪਏ ਕਹਿ ਕੇ ਆਏ ਸੀ ਪਰ ਇਸ ਤੋਂ ਬਾਅਦ ਉਤਲੇ ਖਰਚੇ ਲਾਏ ਉੱਪਰ ਜਿਹੜੇ ਹੋਰ ਰੇਸਪਰੇਅ ਦੇ ਖਰਚੇ ਤਾਂ ਉਹ 470 ਬਣਦੇ ਨੇ ਇਸੇ ਹਿਸਾਬ ਨਾਲ ਕਿਸਾਨ 400 ਰੁਪਏ ਮੰਗਦੇ ਨੇ ਸਰਕਾਰ ਜਿਹੜੀ ਕੋਸਟ ਆਫ ਪ੍ਰੋਡਕਸ਼ਨ 345 ਰੁਪਏ ਕੱਢ ਰਹੀ ਆ ਇਹ ਮੋਟਾ ਫਰਕ ਨਜ਼ਰ ਆ ਰਿਹਾ ਜੇਕਰ ਇਹ ਫਰਕ ਨੂੰ ਬਰੀਫਲੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਸਮਝਣਾ ਤਾਂ ਹੋ ਸਕਦਾ ਹੈ ਅੱਜ ਇੱਕ ਜਿਹੜਾ ਹੈਗਾ ਮੋਟੀ ਰਾਹਤ ਵੱਡੀ ਰਾਹ ਜਿਹੜੀ ਹੈਗੀ ਆ ਕਿਸਾਨਾਂ ਨੂੰ ਮਿਲ ਸਕਦੀ ਆ ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ 400 ਰੁਪਏ ਤੋਂ ਘੱਟ ਜਿਹੜੀ ਹੈਗੀ ਆ ਪ੍ਰਤੀ ਜਿਹੜੀ ਸੈ ਪੈ ਗਈ ਆ ਜਿਹੜੀ ਦਾ ਸਟੇਟ ਐਡਵਾਈਸ ਪ੍ਰਾਈਸ ਹੈਗਾ ਉਹ ਸਾਨੂੰ ਇਸ ਤੋਂ ਘੱਟ ਮਨਜ਼ੂਰ ਨਹੀਂ ਹੋਵੇਗਾ ਬਿਲਕੁਲ ਰਮਨ ਦਾ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਜਾਰੀ ਹੈ ਤੇ ਮੀਟਿੰਗ ਅੱਜ ਦੀ ਕਾਫੀ ਅਹਿਮ ਹੈ ਤੇ ਹੁਣ ਮੀਟਿੰਗ ਖਤਮ ਹੋਣ ਤੋਂ ਬਾਅਦ ਤਸਵੀਰ ਪੂਰੀ ਤਰ੍ਹਾਂ ਦੇ ਨਾਲ ਸਾਫ ਹੋਏਗੀ ਕਿ ਸਰਕਾਰ ਕਿਸਾਨਾਂ ਨੂੰ ਸੰਤੁਸ਼ਟ ਕਰ ਪਾਈ ਹੈ ਜਾਂ ਫਿਰ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਚੱਲ ਹੀ ਰਹੇਗਾ ਤੁਸੀਂ ਨਜ਼ਰ ਰੱਖਾ ਕੇ ਰੱਖੋ ਖਬਰ ਤੇ ਸ਼ੁਕਰੀਆ ਖਾਲ ਪਤ ਲਈ